ਸਤਿਕਾਰਯੋਗ ਪੱਤਰਕਾਰ ਦੋਸਤੋ, ਅੱਜ ਜਿਹੜੀ ਮੀਟਿੰਗ ਹੋਈ ਹੈ ਸਰਕਾਰ ਦੇ ਨਾਲ, ਵੈਸੇ ਮੀਟਿੰਗ ਬਹੁਤ ਪੋਜ਼ਿਟਿਵ ਮਾਹੌਲ ਦੇ ਵਿੱਚ ਹੋਈ ਹੈ। ਸਾਡੀ ਪੰਜਾਬ ਸਰਕਾਰ ਨੇ ਇਨੀਸ਼ੀਏਟਿਵ ਲਿਆ, ਅਸੀਂ ਜਿਹੜੀਆਂ ਸਾਡੀਆਂ ਮੰਗਾਂ ਸੀ, ਇੱਕ ਇੱਕ ਮੰਗ ਪੂਰੇ ਵਿਸਥਾਰ ਨਾਲ ਤੱਥਾਂ ਦੇ ਨਾਲ ਰੱਖੀ ਗਈ ਹੈ। ਹਰ ਇੱਕ ਮੰਗ ਦੇ ਉੱਤੇ ਤੱਥ ਰੱਖਿਆ ਗਿਆ ਕਿ ਆਹ ਗੱਲ ਦੇ ਵਿੱਚ ਆਹ ਹੈ, ਆਹ ਦੇ ਤੇ ਆਹ, ਜਿਵੇਂ ਕਿ ਖਾਸ ਕਰਕੇ ਜਦੋਂ ਅਸੀਂ MSP ਦੀ ਗੱਲ ਕਰਦੇ ਹਾਂ, ਜਿਸ ਸਮੇਂ MSP ਦੀ ਗੱਲ ਹੁੰਦੀ ਹੈ, ਉਸ ਸਮੇਂ ਇੱਕ ਗੱਲ ਬੜੀ ਇੰਪੋਰਟੈਂਟ ਸਰਕਾਰ ਦੇ ਸਾਹਮਣੇ ਰੱਖਣ ਵਾਲੀ ਸੀ, ਜਿਹੜੀ ਅੱਜ ਰੱਖੀ ਗਈ ਹੈ, ਕਿ ਜਿਸ ਵੇਲੇ ਦੇਸ਼ ਦੇ ਅੱਜ ਦੇ ਮੌਜੂਦਾ ਪ੍ਰਧਾਨ ਮੰਤਰੀ ਗੁਜਰਾਤ ਦੇ ਮੁੱਖ ਮੰਤਰੀ ਸੀ, ਤੇ ਉਸ ਵੇਲੇ ਇਹਨਾਂ ਦੇ ਹੱਥਾਂ ਦੀ ਬਣਾਈ ਹੋਈ ਇੱਕ ਕਮੇਟੀ ਦੀ ਰਿਪੋਰਟ ਸਰਕਾਰ ਦੇ ਟੇਬਲ ਤੇ ਪਈ ਹੈ, ਔਰ ਉਹਦੇ ਸਪਸ਼ਟ ਕਿਹਾ ਗਿਆ ਕਿ ਕਿਸਾਨਾਂ ਨੂੰ MSP ਦੀ ਗਰੰਟੀ ਦਾ ਕਾਨੂੰਨ ਦਿਓ। ਇੰਨਾ ਹੀ ਨਹੀਂ, ਹੋਰ ਬਹੁਤ ਸਾਰੀਆਂ ਗੱਲਾਂ ਇਹਨਾਂ ਦੇ ਸਾਹਮਣੇ ਰੱਖੀਆਂ ਕਿ ਕਿਸਾਨ ਕਰਜ਼ਾਈ ਕਿਵੇਂ ਹੋ ਰਿਹਾ ਹੈ, ਉਹ ਵੀ ਤੱਥਾਂ ਸਹਿਤ ਗੱਲ ਇਹਨਾਂ ਦੇ ਸਾਹਮਣੇ ਰੱਖੀ ਗਈ ਹੈ। ਗੱਲ ਪੋਜ਼ਿਟਿਵ ਮਾਹੌਲ 'ਚ ਮੈਂ ਇਸ ਕਰਕੇ ਕਹਿ ਰਿਹਾ ਕਿ ਸਰਕਾਰ ਨੇ ਗੱਲ ਨੂੰ ਸਾਡੀ ਨੂੰ ਸੁਣਿਆ, ਔਰ ਸੁਣ ਕੇ ਇਹ ਗੱਲ ਉਹਨਾਂ ਬੰਦਿਆਂ ਆਈ ਹੈ ਕਿ ਅਸੀਂ ਆਪਦੇ ਇਹ ਜਿਹੜੇ ਤੁਸੀਂ ਤੱਥ ਰੱਖੇ ਹੈ, ਇਹਨਾਂ ਤੱਥਾਂ ਦੇ ਉੱਤੇ ਅਸੀਂ ਗੰਭੀਰਤਾ ਦੇ ਨਾਲ ਵਿਚਾਰ ਕਰਦੇ ਹਾਂ। ਸਾਡੇ ਵੱਲੋਂ ਇਹ ਆ ਕਿ ਅਸੀਂ ਤੱਥ ਰੱਖਤੇ, ਉਹਨਾਂ ਨੇ ਇਹਨਾਂ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ। ਜੋ ਅੱਜ ਤੋਂ ਅੱਗੇ ਦੀ ਗੱਲ ਹੈ, ਜਿਹੜੀ ਸਾਡੀ 13 ਦਾ ਪ੍ਰੋਗਰਾਮ ਹੈ, ਉਹ ਐਜ਼ ਇਟ ਇਜ਼ ਹਜੇ ਕਾਇਮ ਹੈ। ਸਰਕਾਰ ਨੇ ਸਾਨੂੰ ਇਹ ਵਿਸ਼ਵਾਸ ਦਵਾਇਆ ਹੈ ਕਿ ਅਸੀਂ ਜਲਦੀ ਦੁਬਾਰਾ ਤੁਹਾਡੇ ਨਾਲ ਮੀਟਿੰਗ ਕਰਾਂਗੇ। ਅਗਰ ਸਰਕਾਰ 13 ਤੋਂ ਪਹਿਲਾਂ ਮੀਟਿੰਗ ਕਰਕੇ ਸਾਡੇ ਮਸਲਿਆਂ ਦਾ ਹੱਲ ਕਰਦੀ ਹੈ ਤਾਂ ਗੱਲ ਠੀਕ ਹੈ, ਨਹੀਂ ਤਾਂ 13 ਦਾ ਪ੍ਰੋਗਰਾਮ ਐਜ਼ ਇਟ ਇਜ਼ ਸਾਡਾ ਜਾਰੀ ਹੈ, ਔਰ ਉਹਦੇ 'ਤੇ ਅਸੀਂ ਮਤਲਬ ਆਪਦੀਆਂ ਜਿਹੜੀਆਂ ਸਾਡੇ ਫੋਰਮ ਨੇ, ਉਹਨਾਂ ਫੋਰਮਾਂ ਦੇ ਵਿੱਚ ਜਾ ਕੇ ਅਸੀਂ ਕੱਲ੍ਹ ਤੱਕ ਮੀਟਿੰਗਾਂ ਕਰਕੇ, ਪਰਸੋਂ ਤੱਕ ਮੀਟਿੰਗਾਂ ਕਰਕੇ, ਇਹ ਸਾਰੀ ਜਿਹੜੀ ਅੱਜ ਮੀਟਿੰਗ ਦੇ ਵਿੱਚ ਚਰਚਾ ਹੋਈ ਹੈ, ਇਹ ਸਾਰੀ ਚਰਚਾ ਉਹਨਾਂ ਨਾਲ ਸਾਂਝੀ ਕਰਾਂਗੇ।